ਕੁਝ ਨੌਜਵਾਨ ਨੇ ਜਿਹੜੇ ਪੋਸਟਰ ਲੈ ਕੇ ਬੈਠੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬੈਠੇ ਨੇਗੇ ਜਿਹੜੀ ਘਟਾਓ ਕਿਸਾਨਾਂ ਦੇ ਨਾਲ ਆਓ ਬਹੁਤ ਜਿਹੜਾ ਸੋਹਣਾ ਮੈਸੇਜ ਇਹ ਵੀਰ ਦੇ ਰਹੇ ਨੇਗੇ ਕਿ ਤੁਸੀਂ ਘੇੜੀ ਘਟਾਓ ਬੰਦ ਨਾ ਕਰੋ ਘਟਾਓ ਕਿਸਾਨਾਂ ਨਾਲ ਆਓ ਜੋ ਉਹਨਾਂ ਦਾ ਨਾ ਦੇਖੋ ਫਿਊਚਰ ਕਿਸਾਨਾਂ ਨਾਲ ਹੀ ਆ ਫਾਰਮਰਸ ਨਾਲ ਹੀ ਆ ਸਪੋਰਟ ਕਰੀਏ ਆਪਣੇ ਜੋ ਕਿਸਾਨ ਵੀਰ ਨੇ ਸਾਡੇ ਬਾਈ ਬਜ਼ੁਰਗੋ ਨਹੀਂ ਸਾਡੇ ਉੱਥੇ ਮਾਤਾਵਾਂ ਨੇ ਉੱਥੇ ਦਿੱਲੀ ਐਨੇ ਠੰਡ ਚ ਬੈਠੇ ਸੀਗੇ ਕਿੰਨਾ 1 ਸਾਲ ਹੀ ਹੋ ਜਾਣਾ तकरीबन ਅਸੀਂ ਕਿਸੇ ਦੀ ਮਤਲਬ ਮੰਤਰੀ ਦੀ ਕੋਠੀ ਨਹੀਂ ਘੇਰ ਕੇ ਬੈਠ ਕੇ ਸਾਨੂੰ ਹੱਕ ਦਿਓ ਅਸੀਂ ਸਿਰਫ ਆਪ ਵੀ ਪਬਲਿਕਾਂ ਆਸੀਂ ਪਬਲਿਕ ਨੂੰ ਹੀ ਰਿਮਾਈਂਡਰ ਦੇ ਰਹੇ ਆ ਟਾਈਮ ਜੀ ਜਿਵੇਂ ਹੁਣ 6 ਵਜੇ ਔਨ ਕਰ ਲੈਂਦੇ ਗਏ ਆ ਜੀ ਤਾਂ ਮਤਲਬ 5 ਵਜੇ ਇੱਥੇ ਖੁੱਲ੍ਹਣ ਆਉਂਦੇ ਇਹ ਅੱਜ ਤਾਂ ਹੀ ਬਸ ਦਰਜ ਥੋੜਾ ਜਿਹਾ ਜਵਾਬ ਪੰਜਾਬ ਲਈ ਤੇ ਤਾਂ ਕਰਕੇ ਆਈਦਾ ਜੀ ਇੱਕ ਕਰ ਕਿਸਾਨ ਕੁਝ ਬੀਜੂਗਾ ਨਹੀਂ ਤੇ ਤੁਸੀਂ ਖਾਓਗੇ ਕੀ ਆਪਾਂ ਸ਼ਹਿਰ ਸ਼ਹਿਰ ਚ ਰਹਿੰਦੇ ਆ ਬੰਦੇ ਆਪਾਂ ਕੀ ਖਾਵਾਂਗੇ ਚੀਜ਼ ਆਉਣੀ ਨਹੀਂ ਸਾਡੇ ਤੱਕ ਅਸੀਂ ਖਾਣੀ ਕੀ ਆ ਆਪਾਂ ਢੀੜੀ ਘਟਾਓ ਬਈ ਜੇ ਆਪਾਂ 20 ਢੀੜੀਆਂ ਲਾਉਣੇ ਉਹ ਚੋਂ 18 ਢੀੜੀਆਂ ਲਾ ਕੇ ਦੋ ਢੀੜੀਆਂ ਦਾ ਆਪਾਂ ਜਿਹੜਾ ਵੀ ਸਮਾਂ ਉਹ ਆਪਾਂ ਕਿਸਾਨਾਂ ਨੂੰ ਦਈਏ ਸਤਿ ਸ਼੍ਰੀ ਅਕਾਲ ਪਿੰਡੂ న్యూਸ ਮੀਡੀਆ ਦੇਖ ਰਹੇ ਹੋ ਤੁਸੀਂ ਤੇ ਮੈਂ ਵੀਤਪਲ ਸ਼ੇਰਗਿੱਲ 3B2 ਦੀ ਮਾਰਕੀਟ ਦੇ ਵਿੱਚ ਆਏ ਹਾਂ ਜਿੱਥੇ ਇੱਥੇ ਨੌਜਵਾਨਾਂ ਨੂੰ ਗੇੜੀਆਂ ਲਾਉਂਦੇ ਵੇਖਿਆ ਉੱਚੀ ਉੱਚੀ ਗਾਣੇ ਬਜਾਉਂਦੇ ਵੇਖਿਆ ਤੇ ਉੱਥੇ ਹੀ 3B2 ਦਾ ਇੱਕ ਵੱਖਰਾ ਜਿਹਾ ਜਿਹੜਾ ਰੂਪ ਹੈਗਾ ਉਹ ਮੈਂ ਤੁਹਾਨੂੰ ਦਿਖਾਉਣਾ ਚਾਹਾਂਗੀ ਕਿ ਇੱਥੇ ਕੁਝ ਨੌਜਵਾਨ ਨੇ ਜਿਹੜੇ ਪੋਸਟਰ ਲੈ ਕੇ ਬੈਠੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬੈਠੇ ਨੇਗੇ ਗੇੜੀ ਘਟਾਓ ਕਿਸਾਨਾਂ ਦੇ ਨਾਲ ਆਓ ਬਹੁਤ ਜਿਹੜਾ ਸੋਹਣਾ ਮੈਸੇਜ ਇਹ ਵੀਰ ਦੇ ਰਹੇ ਨੇਗੇ ਗੇੜੀ ਘਟਾਓ ਸਾਨੂੰ ਗੇੜੀਆਂ ਘਟਾ ਕੇ ਕਿਸਾਨਾਂ ਦੇ ਹੱਕ ਵਿੱਚ ਆਉਣਾ ਚ ਆ ਰਹੀ ਕਿ ਉਹ ਸਾਡੇ ਜਿਹੜੇ ਕਿਸਾਨ ਨੇਗੇ ਉਹਨਾਂ ਦੀ ਵੈਰੀ ਬਣੀ ਹੋਈ ਹੈ ਲੰਮੇ ਸਮੇਂ ਤੋਂ ਸਾਡੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ 노 ਫਾਰਮਰ 노 ਫੂ ਨੋ ਫਿਊਚਰ ਤੇ ਇਸੇ ਦੇ ਨਾਲ ਹੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਿੱਲੀ ਚੱਲੋ 노 ਫਾਰਮਰ 노 ਫੂਡ ਗੱਲ ਜ਼ਮੀਰ ਦੀ ਹੈ ਜ਼ਮੀਨ ਦੀ ਨਹੀਂ ਮਰਡਰ ਆਫ ਅ ਡੈਮੋਕ੍ਰੇਸੀ ਇਨ ਇੰਡੀਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਿੱਲੀ ਚੱਲੋ 노 ਫਾਰਮਰ 노 ਫੂਡ ਦੇ ਜਿਹੜੇ ਬੈਨਰ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਨੇਗੇ ਤੇ ਜਿਹੜੇ ਨੌਜਵਾਨਾਂ ਦੇ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਮੋਹਾਲੀ 3v2 ਮਾਰਕੀਟ ਦੇ ਵਿੱਚ ਇਹ ਨੌਜਵਾਨ ਨੇਗੇ ਜਿਹੜੇ ਸਸਤੀ ਕਾਲ ਜੀ ਤੇ ਵੀਰ ਜੀ ਤੁਸੀਂ ਬਹੁਤ ਸੋਹਣਾ ਜਿਹੜਾ ਸਭ ਤੋਂ ਪਹਿਲਾਂ ਤਾਂ ਬਹੁਤ ਸੋਹਣਾ ਜਿਹੜਾ ਮੈਸੇਜ ਆ ਉਹ ਇੱਥੇ ਨੌਜਵਾਨ ਨਾਂ ਨੂੰ ਆ ਕੇ ਦੇ ਰਹੇ ਹੋ ਕਿਉਂਕਿ ਸਾਡੇ ਨੌਜਵਾਨ ਇਸ ਪ੍ਰਤੀ ਜਿਹੜੇ ਸੁਚੇਤ ਹੀ ਹੈ ਨਹੀਂ ਹਾਂਜੀ ਬਿਲਕੁਲ ਇਹ ਤਾਂ ਹੀ ਸਲੋਗਨ ਫੜੇ ਹੋਏ ਆ ਅਸੀਂ ਕਿ ਦੇਖੋ ਸਾਡੀ ਤਾਂ ਅਪੀਲ ਹੀ ਆ ਨੌਜਵਾਨਾਂ ਨੂੰ ਭਰਾਵਾਂ ਵੀਰਾਂ ਨੂੰ ਕਿ ਤੁਸੀਂ ਗੇੜੀ ਘਟਾਓ ਬੰਦਨਾ ਕਰੋ ਘਟਾਓ ਕਿਸਾਨਾਂ ਨਾਲ ਆਓ ਜੋ ਉਹਨਾਂ ਦਾ ਨਾ ਦੇਖੋ ਫਿਊਚਰ ਕਿਸਾਨਾਂ ਨਾਲ ਹੀ ਆ ਫਾਰਮਰਸ ਨਾਲ ਹੀ ਆ ਤੁਸੀਂ ਗੇੜੀਆਂ ਘਟਾਓ ਵੀਰ ਜੀ ਜੇ ਮੈਂ ਗੱਲ ਕਰਾਂ ਕਿ ਤੁਸੀਂ ਡੇਲੀ ਇੱਥੇ ਬੈਠਦੇ ਹੋ ਜਾਂ ਫਿਰ ਕੁਝ ਦਿਨਾਂ ਬਾਅਦ ਆਉਂਦੇ ਦੇਲੀ ਆ ਜੀ ਅਸੀਂ ਸ਼ਾਮੀ ਜਦੋਂ ਵੀ ਕਿਹੜੇ ਵੀ ਕੋਈ ਵੀ ਆਪਣੇ ਕੰਮਾਂ ਕਰ ਤੋਂ ਫ੍ਰੀ ਹੋ ਜਾਂਦਾ ਹੈ ਤੇ ਫਿਰ ਇੱਥੇ ਡੇਲੀ ਆ ਜਾਂਦੇ ਆ ਅਸੀਂ ਆਪਣੀ ਡਿਊਟੀ ਨਿਭਾ ਰਹੇ ਆ ਨਾਲ ਨੌਜਵਾਨਾਂ ਨੂੰ ਜੋੜਨ ਦੀ ਅਪੀਲ ਕਰ ਰਹੇ ਆ ਵੀ ਜੇ ਅਸੀਂ ਡੇਲੀ ਆਉਂਦੇ ਆ ਤੁਸੀਂ ਵੀ ਆਉਂਦੇ ਵੀ ਆ ਨੌਜਵਾਨ ਆਪਣਾ ਆਪਣਾ ਕੀਮਤੀ ਸਮਾਂ ਕੱਢ ਕੇ ਉਰੇ ਬੈਠ ਕੇ ਜਾਂਦੇ ਆ ਸਲੋਗਨ ਹੱਥਾਂ 'ਚ ਫੜ ਕੇ ਵੀ ਸਾਡੀ ਤਾਂ ਅਪੀਲ ਹੀ ਹੈ ਦੇਖੋ ਬਾਕੀ ਉਹਨਾਂ ਦੇ ਹੱਥ 'ਚ ਹੈ ਤੇ ਅਸੀਂ ਕਿੱਦਾਂ ਸਪੋਰਟ ਕਰੀਏ ਆਪਣੇ ਜੋ ਕਿਸਾਨ ਵੀਰ ਨੇ ਸਾਡੇ ਬਾਈ ਬਜ਼ੁਰਗੋ ਨਹੀਂ ਸਾਡੇ ਉੱਥੇ ਮਾਤਾਵਾਂ ਨੇ ਉੱਥੇ ਦਿੱਲੀ ਐਨੀ ਠੰਡ 'ਚ ਬੈਠੇ ਸੀਗੇ ਕਿੰਨਾ 1 ਸਾਲ ਹੀ ਹੋ ਜਾਣਾ ਤਕਰੀਬਨ ਅਸੀਂ ਵੀ ਨਾ 26 ਤੋਂ ਹੀ ਸਟਾਰਟ ਕਰਤਾ ਸੀਗਾ ਇਹ ਮੋਰਚਾ ਆਪਣਾ ਵੀ ਉਹਨਾਂ ਦੇ ਇੱਕ ਸਮਰਪਤੀ ਹੈ ਉਹਨਾਂ ਦੇ ਹਾਂ ਜਦੋਂ ਦਿੱਲੀ 26 ਨਵੰਬਰ ਨੂੰ ਜਦੋਂ ਕਿਸਾਨ ਦਿੱਲੀ ਬਾਰਡਰਾਂ ਤੇ ਪਹੁੰਚੇ ਸੀ ਉਹਨਾਂ ਨੇ ਜਿਹੜੀ ਕੇਂਦਰ ਸਰਕਾਰ ਨੇ ਜਾਂ ਫਿਰ ਕਹਿ ਲਈ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਤੋਂ ਇਹ ਮੋਰਚਾ ਸ਼ੁਰੂ ਹੋਇਆ ਤਾਂ ਤੁਸੀਂ ਵੀ ਉਦੋਂ ਤੋਂ ਹੀ ਇੱਥੇ ਬੈਠੇ ਹੋ ਹਾਂਜੀ ਹਾਂ ਬਿਲਕੁਲ ਬਿਲਕੁਲ ਚਾਰ ਪੰਜ ਦਿਨ ਬਾਅਦ ਵਿੱਚ ਚਾਰ ਪੰਜ ਦਿਨ ਬਾਅਦ ਵਿੱਚ ਉਪਰਾਲਾ ਕੀਤਾ ਸੀਗਾ ਕਿ ਸ਼ਹਿਰੀ ਵਰਗ ਨੂੰ ਵੀ ਸਾਥ ਦੇਣਾ ਚਾਹੀਦਾ ਪਿੰਡੂ ਵਰਗ ਦਾ ਦੇਖੋ ਜੀ ਉੱਥੇ ਪਿੰਡਾਂ ਵਾਲੇ ਸਾਡੇ ਬਜ਼ੁਰਗ ਬੈਠੇ ਨੇ ਤਾਂ ਸ਼ਹਿਰੀ ਵਰਗ ਨੇ ਵੀ ਸੋਚਿਆ ਅਸੀਂ ਵੀ ਐਕਚੁਅਲੀ ਪਿੰਡ ਵਾਲੇ ਆ ਅਸੀਂ ਇੱਥੇ ਜੋਬ ਕਰਦੇ ਆ ਨੋ ਤੋਂ 6 ਜੋਬ ਹੁੰਦੀ ਆ ਵੀਰੇ ਕਈ ਕੈਬ ਚਲਾਉਂਦੇ ਨੇ ਆ ਵੀਰੇ ਕੈਬ ਚਲਾਉਂਦਾ ਆ ਇਹ ਆਗੇ ਜਿੱਦਾਂ 5:00 ਵਜੇ ਦਰਵਾਜ਼ਾ ਖੋਲ੍ਹ ਦਿੰਦਾ ਸੀ 6:30 ਵਜੇ ਜਾਂ 6:00 ਵਜੇ ਆ ਵੀਰੇ ਆ ਜਾਂਦੇ ਨੇ ਉਸ ਤੋਂ ਬਾਅਦ ਅਸੀਂ ਆ ਜਾਂਦੇ ਨੇ ਫੇ 9:30 ਮਤਲਬ ਆਪਸੀ ਸਹਿਯੋਗ ਨਾਲ ਸਮਾਪਤੀ ਕਰ ਦਿੰਦੇ ਆ ਅਸੀਂ ਇੱਥੇ ਪਰ ਅਸੀਂ ਆਈ ਦਾ ਦਿੱਲੀ ਆ ਮਤਲਬ ਇਹ ਹੈ ਕਿ ਅਸੀਂ ਇੱਥੇ ਪਬਲਿਕ ਪਲੇਸ ਤੇ ਬੈਠੇ ਆ ਅਸੀਂ ਕਿਸੇ ਦੀ ਮਤਲਬ ਮੰਤਰੀ ਦੀ ਕੋਠੀ ਨਹੀਂ ਘੇਰ ਕੇ ਬੈਠੇ ਕਿ ਸਾਨੂੰ ਹੱਕ ਦਿਓ ਅਸੀਂ ਸਿਰਫ ਆਪ ਵੀ ਪਬਲਿਕਾਂ ਆ ਅਸੀਂ ਪਬਲਿਕ ਨੂੰ ਹੀ ਰਿਮਾਈਂਡਰ ਦੇ ਰਹੇ ਆ ਕਿ ਅਵੇਅਰ ਕਰ ਰਹੇ ਆ ਕਿ ਇਸ ਚੀਜ਼ ਦਾ ਸਾਥ ਦਿਓ ਇਹ ਇੱਕ ਮਿੱਠੀ ਜ਼ਹਿਰ ਆ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਨਾ ਇੱਕ ਮਿੱਠੀ ਜ਼ਹਿਰ ਜੇ ਲਾਗੂ ਹੋਗੇ ਤਾਂ ਤੁਹਾਡੇ ਬੱਚਿਆਂ ਤੱਕ ਨੁਕਸਾਨ ਕਰਨਗੇ ਤੁਸੀਂ ਤਾਂ ਬਾਜਜ ਹੋਗੇ ਗਾਹਾਂ ਤੁਹਾਡੇ ਬੱਚਿਆਂ ਤੱਕ ਨੁਕਸਾਨ ਕਰਨਗੇ ਅਸੀਂ ਸਿਰਫ ਅਵੇਰਨੈਸ ਕਰ ਰਹੇ ਆ ਕਿ ਇਸ ਚੀਜ਼ ਤੋਂ ਬਚੋ ਆਪਣਾ ਜਿਹੜਾ ਹੁਣ ਤੁਸੀਂ ਗੇੜੀ ਲਾ ਰਹੇ ਆ ਜੋ ਵੀ ਕਰ ਰਹੇ ਆ ਨਾ ਸਾਨੂੰ ਉਹਦਾ ਨਾ ਕੋਈ ਮਤਲਬ ਨਹੀਂ ਆ ਆਪਣਾ ਕੀਮਤੀ ਸਮਾਂ ਕੱਢੋ ਸਾਡੇ ਨਾਲ ਆਓ ਸਾਡੇ ਨਾਲ ਬੈਠੋ ਵਿਚਾਰ ਵਾਤਕ ਗੱਲਾਂ Share ਕਰੋ ਦੇਖੋ ਜੀ ਗਿਆਨ ਵੰਡਣ ਦਾ ਵਾਧਾ ਹੈ ਨਾ ਸਾਡੇ ਨਾਲ ਗੱਲਾਂ ਬਾਤਾਂ ਕਰੋ ਅਸੀਂ ਤੁਹਾਨੂੰ ਕੋ ਸਿ ਸਮਝਾਵਾਂਗੇ ਕਿ ਤੁਸੀਂ ਸਾਨੂੰ ਨਵੀਆਂ ਗੱਲਾਂ ਦੱਸੋਗੇ ਇਹਦੇ ਕਰਕੇ ਸਾਡੇ ਨਵੇਂ ਭਰਾ ਜੋੜਦੇ ਆ ਹੁਣ ਜਿਹੜਾ ਵੀ ਇੱਥੇ ਆਊਗਾ ਸਾਡਾ ਭਰਾ ਹੀ ਆ ਸਾਡੇ ਭਰਾ ਨਵੇਂ-ਨਵੇਂ ਸਾਡੇ ਮਤਲਬ ਸਾਥੀ ਜੋੜਦੇ ਰਹਿੰਦੇ ਨੇ ਮਹੀਨੇ ਦੀ ਮਹੀਨੇ ਬਾਅਦ ਨਵੇਂ-ਨਵੇਂ ਬੰਦੇ ਆਉਂਦੇ ਰਹਿੰਦੇ ਨੇ ਪੁਰਾਣੇ ਬੰਦੇ ਵੀ ਉਸੇ ਦਾ ਬਰਕਰਾਰ ਨੇ ਤੇ ਬਸ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿੰਨੇ ਵੀ ਜਾਂਦਾ ਦੂਰੀ ਫਿਰਦੀ ਆ ਜਿਹੜੇ ਮੇਰੇ ਭਾਈ ਵੱਡੇ ਛੋਟੇ ਭੈਣਾਂ ਤੋਂ ਨਹੀਂ ਫਿਰਦੀਆਂ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਸ ਚੀਜ਼ੇ ਜਾਗਰੂਕਤ ਹੋਣਾ ਚਾਹੀਦਾ ਕਿ ਜੇ ਕੋਈ ਤੁਹਾਨੂੰ ਤੁਹਾਡੇ ਵਰਗਾ ਕੋਈ ਇੱਕ ਪੁਰੇਸ਼ਨ ਪੁੱਛੇ ਕਿ ਇਸ ਚੀਜ਼ ਕੀ ਆ ਤਾਂ ਫੱਟ ਦੇਣੀ ਜਵਾਬ ਦੇ ਦਿਓ ਕਿ ਆਹ ਚੀਜ਼ ਇਹਦੇ ਵਾਸਤੇ ਆ ਕੋਈ ਤੁਹਾਨੂੰ ਇਹ ਨਹੀਂ ਕਿ ਨਹੀਂ ਜੀ ਮੈਨੂੰ ਨਹੀਂ ਪਤਾ ਇਸ ਬੰਦੇ ਤੋਂ ਪੁੱਛ ਲਓ ਇਦਾਂ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਜਾਗਰੂਕਤਾ ਹੋਣੀ ਚਾਹੀਦੀ ਆ ਤੇ ਬਹੁਤ ਸੋਹਣਾ ਇਹ ਮੈਸੇਜ ਦੇ ਰਹੇ ਨੇ ਨੌਜਵਾਨ ਜਿਵੇਂ ਗੱਲ ਕਰਾਂ ਕਿ ਇਹਨਾਂ ਨੇ ਹੱਥਾਂ ਦੇ ਵਿੱਚ ਸਲੋਗਨ ਪੜੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਸ ਵੀਰ ਨੇ ਕਹੀ ਹੈਗੀ ਕਿ ਅਸੀਂ ਜੌਬ ਕਰਦੇ ਇੱਥੇ ਚੰਡੀਗੜ੍ਹ ਦੇ ਵਿੱਚ ਵੈਸੇ ਅਸੀਂ ਪਿੰਡੂ ਖੇਤਰ ਤੋਂ ਆਂਗੇ ਤੇ ਜੌਬ ਕਰਦੇ ਆ 9 ਤੋਂ 6 ਜਾਂ 10 ਤੋਂ 6 ਜੌਬ ਹੁੰਦੀ ਹੈ ਤੇ ਜੌਬ ਤੋਂ ਬਾਅਦ ਅਸੀਂ ਹਰ ਕੋਈ ਸੋਚਦਾ ਹੈਗਾ ਘੁੰਮਣ ਫਿਰਨ ਚੱਲਦੇ ਆ ਥੋੜਾ ਬਹੁਤਾ ਸੈਰ ਕਰਾਂਗੇ ਤੇ ਮਾਈਂਡ ਜਿਹੜਾ ਉਹ ਫਰੈਸ਼ ਹੋ ਜਾਏਗਾ ਪਰ ਇਹ ਨੌਜਵਾਨ ਘੁੰਮਣ ਫਿਰਨ ਨਹੀਂ ਆਉਂਦੇ ਸਗੋਂ ਇੱਥੇ 3 ਵੀ 2 ਦੇ ਵਿੱਚ ਇੱਥੇ ਬੈਠ ਕੇ ਨੌਜਵਾਨਾਂ ਨੂੰ ਸੁਚੇਤ ਕਰਦੇ ਨੇ ਸ ਹੋਇਆ ਗੱਲ ਜ਼ਮੀਰ ਦੀ ਨਹੀਂ ਹੈ ਜ਼ਮੀਨ ਦੀ ਹੈਗੀ ਗੱਲ ਜ਼ਮੀਰ ਦੀ ਹੈ ਜ਼ਮੀਨ ਦੀ ਨਹੀਂ ਬਹੁਤ ਸੋਹਣੀ ਜਿਹੜੀ ਗੱਲ ਹੈਗੀ ਇਹ ਤੇ ਲਿਖੀ ਹੋਈ ਹੈ ਤੇ ਇਸੇ ਦੇ ਨਾਲ ਹੀ ਮੈਨੂੰ ਪਤਾ ਲੱਗਿਆ ਕਿ ਤੁਸੀਂ ਕੈਬ ਚਲਾਉਂਦੇ ਹੋਗੇ ਤੇ ਉਸ ਤੋਂ ਬਾਅਦ ਫਿਰ ਟਾਈਮ ਕਿਵੇਂ ਕੱਢਦੇ ਹੋਗੇ ਇੱਥੇ ਆਉਣ ਦਾ ਟਾਈਮ ਜੀ ਜਿਵੇਂ ਹੁਣ 6 ਵਜੇ ਆਨ ਕਰ ਲੰਨੇ ਗਏ ਵੀ ਤਾਂ ਮਤਲਬ 5 ਵਜੇ ਇੱਥੇ ਖੁੱਲਣ ਆਉਂਦੇ ਆਹੀ ਅਜਿਹਾ ਹੀ ਬਸ ਦਿਲ 'ਚ ਥੋੜਾ ਜਿਹਾ ਜਜ਼ਬਾ ਪੰਜਾਬ ਲਈ ਤੇ ਤਾਂ ਕਰਕੇ ਆਈ ਨਹੀਂ ਇੱਥੇ ਇਹ ਮਤਲਬ ਗੱਲ ਇਹ ਤਾਂ ਲਿਖੀ ਆ ਜਮੀਨ ਵੀ ਕੋਈ ਹਰ ਬੰਦੇ ਕੋਲ ਜਮੀਨ ਨਹੀਂ ਹੁੰਦੀ ਇੱਕਲੇ ਕਿਸਾਨ ਦੀ ਗੱਲ ਨਹੀਂ ਗਈ ਸਾਰੇ ਵਰਗ ਦੀ ਗੱਲ ਹੈ ਇਹ ਰੋਟੀ ਅਸੀਂ ਸਾਰੇ ਖਾਂਦੇ ਸਾਰੇ ਖਾਂਦੇ ਹਾਂ ਜੀ ਤਾਂ ਸਾਰਿਆਂ ਨੂੰ ਆਪਾਂ ਨੂੰ ਹਮਲਾ ਮਾਰਨਾ ਚਾਹੀਦਾ ਤੇ ਵੀਰੇ ਦਿਲ ਦੇ ਵਿੱਚ ਫਿਰ ਇਹ ਗੱਲ ਨਹੀਂ ਆਉਂਦੀ ਹੈਗੀ ਕਿ ਸ਼ਾਮ ਨੂੰ ਤਾਂ ਮੈਨੂੰ ਜਿਆਦਾ ਜਿਹੜੇ ਉਹਨੇਗੇ ਆਪਣੇ ਜਿਹੜੇ ਟਰੈਵਲਰ ਨੇਗੇ ਉਹ ਮਿਲ ਸਕਦੇ ਨੇਗੇ ਤੇ ਮੈਂ ਸ਼ਾਮ ਨੂੰ ਆਪਣੀ ਸ਼ਿਫਟ ਲਗਾ ਲਿਆ ਕਰਾਂ ਇੱਥੇ ਇੱਕ ਦਿਨ ਆ ਗਿਆ ਨਾ ਆਇਆ ਕਦੇ ਇਦਾਂ ਨਹੀਂ ਹੁੰਦਾ ਦਿਲ ਦੇ ਵਿੱਚ ਨਹੀਂ ਨਹੀਂ ਜੀ ਇਦਾਂ ਨਹੀਂ ਕੁਝ ਨਹੀਂ ਹੁੰਦਾ ਉਹਨਾਂ ਪ੍ਰਮਾਤਮਾ ਜਿਆਦਾ ਹੀ ਦਿੰਦਾ ਤਾਂ ਮਤਲਬ ਉਹਨਾਂ ਟਾਈਮ ਰਾਤ ਨੂੰ ਲਾ ਲੈਨੇ ਅਸੀਂ ਜਿਵੇਂ ਮੰਨ ਲਓ 9 ਵਜੇ ਤੋਂ ਬਾਅਦ ਚ 3 ਘੰਟੇ ਹੁੰਦੇ 12 ਵਜੇ ਤੱਕ ਚਲਾ ਲੈਨੇ ਤੁਸੀਂ ਹੱਥ ਦੇ ਵਿੱਚ ਸਲੋਗਨ ਫੜਿਆ ਹੋਇਆ ਮਰਡਰ ਆਫ ਡੈਮੋਕ੍ਰੇਸੀ ਇਨ ਇੰਡੀਆ ਕੀ ਤੁਹਾਨੂੰ ਸੱਚਮੁੱਚ ਲੱਗਦਾ ਹੈ ਕਿ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਭਾਰਤ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਆ ਉਹਦਾ ਕਤਲ ਕਰ ਰਹੀ ਹੈ ਬਿਲਕੁਲ ਸਹੀ ਗੱਲ ਹੈ ਜੀ ਡੈਮੋਕ੍ਰੇਸੀ ਦਾ ਮਰਡਰ ਤਾਂ ਹੈ ਹੀ ਬਿਕੋਜ਼ ਡੈਮੋਕ੍ਰੇਸੀ ਉਹ ਹੁੰਦੀ ਜਿੱਥੇ ਲੋਕਾਂ ਦਾ ਰਾਜ ਹੋਵੇ ਜੋ ਵੀ ਕ ਕਾਨੂੰਨ ਲਾਗੂ ਕੀਤੇ ਜਾਂਦੇ ਆ ਲੋਕਾਂ ਦੀ ਰਾਏ ਕਰਕੇ ਲਾਗੂ ਕੀਤੇ ਜਾਂਦੇ ਜਾਂ ਜਿਹੜੇ ਲੋਕਾਂ ਦੇ ਹੱਕ ਚ ਹੁੰਦੇ ਉਹਦੇ ਲਈ ਲਾਗੂ ਕੀਤੇ ਜਾਂਦੇ ਆ ਪਰ ਜਿਹੜੇ ਤਿੰਨ ਲਾਅ ਕੇਂਦਰ ਸਰਕਾਰ ਨੇ ਲਾਗੂ ਕੀਤੇ ਆ ਬਿਲਕੁਲ ਵੀ ਕਿਸਾਨਾਂ ਦੇ ਹੱਕ ਚ ਨਹੀਂ ਹੈਗੇ ਕਿਸਾਨਾਂ ਦੀ ਆਪਾਂ ਗੱਲ ਨਹੀਂ ਕਰਦੇ ਕਿਸੇ ਦੇ ਵੀ ਹੱਕ ਚ ਨਹੀਂ ਹੈਗੇ ਜੇਕਰ ਕਿਸਾਨ ਕੁਝ ਬੀਜੂਗਾ ਨਹੀਂ ਤੇ ਤੁਸੀਂ ਖਾਓਗੇ ਕੀ ਆਪਾਂ ਸ਼ਹਿਰ ਸ਼ਹਿਰ ਚ ਰਹਿਣੇ ਬੰਦੇ ਆਪਾਂ ਕੀ ਖਾਵਾਂਗੇ ਚੀਜ਼ ਆਉਣੀ ਨਹੀਂ ਸਾਡੇ ਤੱਕ ਅਸੀਂ ਖਾਣੀ ਕੀ ਆ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇ ਜਿਹੜੇ ਇਸ ਚੀਜ਼ ਨੂੰ ਦੱਬਣ ਨੂੰ ਫਿਰਦੇ ਕਿਸਾਨਾਂ ਦੀ ਜ਼ਮੀਨਾਂ ਦੱਬਣ ਨੂੰ ਫਿਰਦੇ ਆ ਜਾਂ ਜੋ ਕਿਸਾਨ ਬੀਜਦੇ ਉਹਨਾਂ ਨੂੰ ਦੱਬਣ ਨੂੰ ਫ ਤੇ ਬਾਅਦ ਵਿੱਚ ਕਿਸੇ ਚੀਜ਼ ਦੀ ਸ਼ਾਰਟੇਜ ਕਰਕੇ ਉਸ ਚੀਜ਼ ਨੂੰ ਰੇਟ ਵਧਾ ਕੇ ਜਦੋਂ ਵੇਚਿਆ ਜਾਂਦਾ ਤਾਂ ਫਿਰ ਉਹ ਗਰੀਬ ਬੰਦੇ ਦੇ ਵਸਚ ਨਹੀਂ ਰਹਿੰਦੀ ਗੱਲ ਗਰੀਬ ਬੰਦੇ ਲਈ ਖਾਣਾ ਬੜਾ ਔਖਾ ਹੋ ਜਾਏਗਾ ਜੇ ਇਸ ਚੀਜ਼ਾਂ ਦਾ ਰੇਟ ਵਧਦਾ ਤੁਸੀਂ ਆਪ ਹੀ ਦੇਖ ਲਓ ਪਿਛਲੇ ਸਾਲ ਨਾਲੋਂ ਹੁਣ ਰੇਟਾਂ ਦਾ ਕੀ ਫਰਕ ਆ ਹਰ ਇੱਕ ਚੀਜ਼ ਦਾ ਰੇਟ ਡਬਲ ਹੋ ਚੁੱਕਾ ਹੈ ਤਾਂ ਫਿਰ ਇਹੀ ਹੈ ਵੀ ਡੈਮੋਕ੍ਰੇਸੀ ਨੂੰ ਤਾਂ ਖਤਮ ਕਰ ਚੁੱਕੀ ਹੈ ਹੁਣ ਕੇਂਦਰ ਸਰਕਾਰ ਤੇ ਵੀਰ ਜੀ ਤੁਸੀਂ ਹੱਥ ਦੇ ਵਿੱਚ ਸਲੋਗਨ ਫੜਿਆ ਹੋਇਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਦਿੱਲੀ ਚੱਲੋ ਦਿੱਲੀ ਬਜ਼ੁਰਗ ਬਹੁਤ ਗਏ ਹੋਏ ਨੇ ਤੇ ਨੌਜਵਾਨਾਂ ਦੀ ਬਹੁਤ ਵੱਡੀ ਘਾਟ ਹੈ ਉੱਥੇ ਨੌਜਵਾਨ ਨਹੀਂ ਜਾ ਰਹੇ ਤੁਸੀਂ ਬਹੁਤ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਫਿਰ ਵੀ ਨੌਜਵਾਨ ਸੁਚੇਤ ਹੋ ਨਹੀਂ ਰਹੇ ਤੇ ਜੇ ਮੈਂ ਮਾਰਕੀਟ ਦੇ ਵਿੱਚ ਘੁੰਮ ਲਾਂ ਤਾਂ ਹਰ ਇੱਕ ਨੌਜਵਾਨ ਗੇੜੀ ਜ਼ਰੂਰ ਮਾਰ ਰਿਹਾ ਪਰ ਤੁਹਾਡੇ ਨਾਲ ਬਹੁਤ ਘੱਟ ਗਿਣਤੀ ਹੈ ਜਿਹੜੇ ਨੌਜਵਾਨ ਨੇ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਜੀ ਜੋ ਸਾਡੇ ਕਿਸਾਨਾਂ ਦੀ ਖਬਰ ਤੁਸੀਂ ਵਾਇਰਲ ਕਰ ਰਹੇ ਹੋ ਆਪਾਂ ਇਹੋ ਕਹਿਣੀ ਚਾਹਾਂਗੇ ਵੀ ਦਿੱਲੀ ਚਲੋ ਕਿਸਾਨ ਇਕਤਾ ਜਿੰਦਾਬਾਦ ਦਿੱਲੀ ਚਲੋ ਮਤਲਬ ਕਿ ਜੇ ਆਪਾਂ ਦਿੱਲੀ ਨਹੀਂ ਜਾ ਸਕਦੇ ਜਿਵੇਂ ਹੁਣ ਅਸੀਂ ਇਹ ਮੋਰਚਾ ਲਾਇਆ ਹੋਇਆ ਪਿਛਲੇ ਸਾਲ ਦਾ ਹੀ ਆਪਣਾ ਦਸੰਬਰ ਦਾ ਮੋਰਚਾ ਚੱਲਦਾ ਵੀ ਦਿੱਲੀ ਨਹੀਂ ਜਾ ਸਕਦੇ ਆਪਣਾ 10 ਮਿੰਟ ਅਸੀਂ ਇਹ ਨਹੀਂ ਕਿਹਾ ਵੀ ਢੀੜੀ ਬੰਦ ਕਰੋ ਆਪਾਂ ਢੀੜੀ ਘਟਾਓ ਵੀ ਜੇ ਆਪਾਂ 20 ਢੀੜੀਆਂ ਲਾਉਣੇ ਉਹ ਚੋਂ 18 ਢੀੜੀਆਂ ਲਾ ਕੇ ਦੋ ਢੀੜੀਆਂ ਦਾ ਆਪਾਂ ਜਿਹੜਾ ਵੀ ਸਮਾਂ ਉਹ ਆਪਾਂ ਕਿਸਾਨਾਂ ਨੂੰ ਦਈਏ ਮਤਲਬ ਕਿ ਜੇ ਆਪਾਂ ਦਿੱਲੀ ਨਹੀਂ ਜਾ ਸਕਦੇ ਆਪਾਂ ਇੱਥੇ ਮੋਰਚੇ ਲਾਈਏ ਕਿਤੇ ਵੀ ਆਪਾਂ ਇਹ ਨਹੀਂ ਕਹਿੰਦੇ ਵੀ 3 ਵੀ ਟੂ ਮੋਰਚੇ ਤੇ ਆਓ ਇੱਥੇ ਕਿੰਨੀਆਂ ਲਾਈਟਾਂ ਵਾਂ ਕਿਤੇ ਚੌਂਕ ਤੇ ਚੱਲ ਜਿਓ ਤੁਸੀਂ ਉੱਥੇ ਆਪਣਾ ਟਾਈਮ ਸਪੈਂਡ ਕਰ ਸਕਦੇ ਹੋ 10 ਮਿੰਟ 20 ਮਿੰਟ 5 ਮਿੰਟ ਹੁਣ ਮੇਰੀ ਮੇਰੀ ਵੀ ਨਾਈਟ ਸ਼ਿਫਟ ਹੁੰਦੀ ਆ ਮੇਰਾ ਵੀ ਮਤਲਬ ਕਿ ਜਦੋਂ ਛੁੱਟੀ ਹੁੰਦੀ ਆ ਦੋ ਵੀਕ ਆਫ ਹੁੰਦੇ ਆ ਉਹ ਆਪਾਂ ਟਾਈਮ ਇੱਥੇ ਸਪੈਂਡ ਕਰੀਦਾ ਸਾਡਾ ਵੀ ਮਨ ਕਰਦਾ ਵੀ ਆਪਾਂ ਚਲੋ ਗੇੜੀ ਲਾਈਏ ਵੀ ਆਪਾਂ ਘੁੰਮੀਏ ਬਟ ਉਹ ਆਪਾਂ ਪਾਸੇ ਰੱਖ ਕੇ ਵੀ ਚਲੋ ਜਿੰਨਾ ਵੀ 10 ਮਿੰਟ 20 ਮਿੰਟ ਅੱਧਾ ਘੰਟਾ ਵੀਰ ਬਹੁਤ ਸੋਹਣਾ ਮੈਸੇਜ ਦੇ ਰਹੇ ਨੇਗੇ ਇੱਥੇ ਆਪਣੀ ਜੌਬ ਦੇ ਸਮੇਂ ਨੂੰ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਜਿਹੜੀ ਨੌਜਵਾਨਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇਗੇ ਤੇ ਵੀਰ ਜੀ ਜਿਵੇਂ ਤੁਹਾਡੇ ਨਾਲ ਗੱਲ ਕਰਾਂ ਕਿ ਤੁਸੀਂ ਜਿਵੇਂ ਦੱਸਿਆ ਤੁਹਾਡੀ ਨਾਈਟ ਸ਼ਿਫਟ ਹੁੰਦੀ ਹੈ ਉਹਦੇ ਵਿੱਚੋਂ ਵੀ ਤੁਸੀਂ ਸਮਾਂ ਕੱਢਦੇ ਹੋ ਤੇ ਫਿਰ ਬਾਕੀ ਨਾਲ ਦੇਆਂ ਨੂੰ ਵੀ ਕਹਿੰਦੇ ਹੋਗੇ ਕਿ ਸਮਾਂ ਕੱਢ ਕੇ ਥੋੜਾ ਬੋਤਾ ਕਿਸਾਨੀ ਅੰਦੋਲਨ ਦੇ ਵਿੱਚ ਜਾਓ ਕਿਉਂਕਿ ਬੇਸ਼ੱਕ ਆਪਾਂ ਸ਼ਹਿਰੀ ਏਰੀਏ ਤੋਂ ਬਿਲੋਂਗ ਕਰਦੇ ਆਂਗੇ ਪਰ ਫਿਰ ਵੀ ਸਾਨੂੰ ਕਿਸਾਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਵੀ ਰੋਟੀ ਖਾਂਦੇ ਬਿਲਕੁਲ ਹੀ ਹੁਣ ਸਾਡਾ ਸੰਦੇਸ਼ ਤਾਂ ਉਹੀ ਆ ਵੀ ਜਮੀਰ ਜਗਾਓ ਕਿਸਾਨਾਂ ਦੇ ਨਾਲ ਆਓ ਆਪਾਂ ਦੇ ਇੱਕ ਸੰਦੇਸ਼ ਦੇ ਸਕਦੇ ਹਾਂ ਹੁਣ ਅੰਦਰ ਬੰਦੇ ਦੇ ਅੰਦਰ ਇੱਕ ਗੱਡਸ ਉਹਨੂੰ ਜਮੀਰ ਜਿੱਨੂੰ ਕਹਦੇ ਨੇ ਆਪਾਂ ਉਹ ਜਮੀਰ ਹੋਊਗੀ ਉਹ ਬੰਦਾ ਖੁਦ ਹੀ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਪਊਗੀ ਹੁਣ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਤੁਸੀਂ ਧਰਨੇ ਤੇ ਆਓ ਹੁਣ ਸਾਡੇ ਅੰਦਰ ਜਮੀਰ ਆ ਜਮੀਰ ਜਾਗਦੀ ਆ ਸਾਡਾ ਮਨ ਕਰਦਾ ਵੀ ਆਪਾਂ ਘਰੇ ਨਾ ਬਈਏ ਕਿਸਾਨ ਸਾਡੇ ਰੋੜਾਂ ਤੇ ਰਲ ਚੱਲੇ 1 ਸਾਲ ਹੋ ਗਿਆ ਤੇ ਆਪਾਂ ਵੀ ਕਿਸਾਨਾਂ ਦੇ ਹੱਕ ਚ ਨਾਰਾ ਮਾਰੀਏ ਤਾਂ ਕਿ ਜੋ ਬੋਲੀ ਗੂੰਗੀ ਬੋਲੀ ਸਰਕਾਰ ਉਹਨਾਂ ਤੱਕ ਸਾਡੀ ਆਵਾਜ਼ ਬੁਲੰਦ ਹੋ ਸਕੇ ਜੀ ਕੀ ਲੱਗਦਾ ਹੈਗਾ ਕੇਂਦਰ ਸਰਕਾਰ ਕਿਉਂ ਨਹੀਂ ਮੰਨ ਰਹੀ ਕੀ ਕਾਰਨ ਨੇ ਉਹਨਾਂ ਜੀ ਦੇਖੋ ਜੀ ਗੁੰੰਗੀ ਬੋਲੀ ਸਰਕਾਰ ਆ ਉਹਨਾਂ ਨੂੰ ਇਹ ਹੀ ਲੱਗਦਾ ਵੀ ਇਹ ਸ਼ਾਂਤਮਈ ਬੈਠੇ ਹੋਏ ਆ ਇੱਕ ਸਾਲ ਹੋ ਗਿਆ ਅਸੀਂ ਇਹਨਾਂ ਨੂੰ ਬੱਸ ਕਹੀ ਜਾਂਦੇ ਆ ਇਹ ਮੰਨੀ ਜਾਂਦੇ ਆ ਇਹ ਗੱਲ ਤਾਂ ਜੀ ਦਿਲ ਚੋਂ ਕੱਢ ਦੇਵੇ ਸਰਕਾਰ ਵੀ ਇਹ ਕਾਨੂੰਨ ਤਾਂ ਰੱਦ ਕਰਾ ਕੇ ਹਟਾਂਗੇ ਕਿਉਂਕਿ ਇੱਕ ਸਾਲ ਹੋ ਗਿਆ ਬੈਠੇ ਆ ਬੈਠੇ ਰਵਾਂਗੇ ਜੰਗ ਜਿਹੜੀ ਆ ਉਹ ਜਾਰੀ ਰੱਖਣੀ ਪੈਂਦੀ ਆ ਆਪਾਂ ਨੂੰ ਜਿੱਤਣ ਵਾਸਤੇ ਆਪਾਂ ਡਟ ਕੇ ਲੜਾਂਗੇ ਜਦੋਂ ਤੱਕ ਬੈਲ ਰੱਦ ਨਹੀਂ ਹੁੰਦੇ ਡਟ ਕੇ ਇੱਥੇ ਨਾਰਾ ਲਾਵਾਂਗੇ ਕਿਸਾਨ ਏਕਤਾ ਜਿੰਦਾਬਾਦ no farmer no food ਬਹੁਤ ਸੋਹਣਾ ਮੈਸੇਜ ਨੌਜਵਾਨਾਂ ਦੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੇ ਜੌਬ ਟਾਈਮਿੰਗ ਦੇ ਵਿੱਚੋਂ ਟਾਈਮ ਕੱਢ ਕੇ ਨੌਜਵਾਨ ਇੱਥੇ ਬੈਠਦੇ ਨੇਗੇ ਤੇ ਬਾਕੀ ਨੌਜਵਾਨਾਂ ਨੂੰ ਵੀ ਮੈਸੇਜ ਦੇ ਰਹੇ ਨੇ ਗੇੜੀ ਘਟਾਓ ਕਿਸਾਨੀ ਅੰਦੋਲਨ ਦੇ ਵਿੱਚ ਆਓ ਤੇ ਹੋਰ ਬਹੁਤ ਸਾਰੇ ਬਹੁਤ ਸਾਰੇ ਮੈਸੇਜ ਨੇ ਜਿਹੜੇ ਨੌਜਵਾਨ ਪੀੜੀ ਨੂੰ ਦਿੱਤੇ ਜਾ ਰਹੇ ਨੇ ਕਿ ਮੈਂ ਨੌਜਵਾਨਾਂ ਨੂੰ ਜ਼ਰੂਰ ਅਪੀਲ ਕਰਨਾ ਚਾਹਾਂਗੇ ਕਿ ਪਲੀਜ਼ ਤੁਸੀਂ ਵੀ ਇੱਕ ਵਾਰ ਦਿੱਲੀ ਜਾਓ ਤੇ ਕਿਸਾਨੀ ਅੰਦੋਲਨ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਆਪਣਾ ਯੋਗਦਾਨ ਜ਼ਰੂਰ ਪਾਓ ਤਾਂ ਜੋ ਕੇਂਦਰ ਦੀ ਬੋਲੀ ਸਰ ਸਰਕਾਰ ਹੈ ਕਿ ਜਿਹੜੀ ਗੁੰੰਗੀ ਬੋਲੀ ਸਰਕਾਰ ਹੈਗੀ ਉਹਨੂੰ ਸਾਡੀ ਆਵਾਜ਼ ਨਹੀਂ ਸੁਣਾਈ ਦੇ ਰਹੀ ਸਾਡੇ ਪੰਜਾਬ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ ਤੇ ਜਲਦੀ ਉਹਨਾਂ ਨੂੰ ਆਪਣੀ ਆਵਾਜ਼ ਸੁਣਾਈ ਦੇਵੇ ਅਤੇ ਇਹ ਖੇਤੀ ਕੀ ਵਿਰੋਧੀ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਉਹ ਇਹਨਾਂ ਨੂੰ ਰੱਦ ਕਰੇ